असलमैकम प्यारोस्तों में आप सब कैरियर से होंगे गए अला तलक फजल उक्रम और शुकर से आई का वलाग करते हैं स्टार्ट अलाग अंदर तो अंदर से लग गया कि मैं बै चलियाँ चनयोर सिटी क्योंकि मेरा उत्तर छोटा जहा काम है नालू ही लै चलते हैं पहुँच गया बई चनयोर आल पुल मैं तो भाई अली ऐन ਤੇ ਦੋਵੇਂ ਮਿਲ ਕੇ ਜਾ ਰਹੇ ਆ ਗਲੋਬਲ ਮੋਬਾਈਲ ਹੈ ਕੋਲ ਚਨੀਓਟ ਕਿਉਂਕਿ ਭਾਈ ਤੁਹਾਨੂੰ ਪਤਾ ਹੈ ਕਿ ਅਕਸਰ ਮੇਰੀਆਂ ਵੀਡੀਓ ਨਹੀਂ ਆ ਰਹੀਆਂ ਆਈਫੋਨ ਦੀਆਂ ਮੇਰਾ ਆਈਫੋਨ ਖਰਾਬ ਹੋ ਗਿਆ ਤੇ ਉਹਦੇ ਕੁਝ ਪਾਰਟ ਲੈਣੇ ਬੈਟਰੀ ਲੈਣੀ ਡਿਸਪਲੇ ਲੈਣੀ ਬੋਰਡ ਯਾਨੀ ਕਿ ਸਕਰੀਨ ਐਲਸੀਡੀ ਜਨ ਕਹਿੰਦੇ ਉਹ ਵੀ ਲੈਣੀ ਤੇ ਜੁਲਣ ਲੱਗੇ ਆ ਗਾ ਸਿੱਧਾ ਹੀ ਤੇ ਭਾਈ ਤੁਹਾਨੂੰ ਉਸ ਤੋਂ ਪਹਿਲੇ ਵੀ ਖਾ ਲਈਏ ਚਨਹਾਂ ਦੇ ਉੱਤੋਂ ਗੁਜ਼ਰੇ ਵਿੰਨਿਆਂ ਸਾਹਮਣੇ ਮਸਜਿਦ ਨਜ਼ਰ ਆ ਰਹੀ ਐ ਤੇ ਦਰਬਾਰ ਪੁਲ ਆਪਣੇ ਮਿਸਾਲ ਆ ਪਏ ਤੇ ਇਹ ਮਸ਼ਹੂਰ ਪਲੇਸਾਂ ਚੋਨਾ ਦੋ ਤਿੰਨ ਪਲੇਸਾਂ ਜਿਹੜੀਆਂ ਨੇ ਇਹ ਬਿਲਕੁਲ ਰੋਡ ਦੇ ਉੱਤੇ ਇਸ ਮੇਨ ਤੇ ਪੰਦੀਆਂ ਨੇ ਤੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਤਾਂ ਮੈਂ ਕਹ ਨਾਲ ਨਾਲ ਵਿਜ਼ਿਟ ਕਰਿੰਦਾ ਜਾਵਾ ਤੇ ਅੱਗੇ ਜੁਲਦਾ ਜਾਵਾ ਤੇ ਭਾਈ ਮੋਬਾਈਲ ਦਾ ਸਪेयर ਪਾਰਟ ਲੈਣੇ ਨੂੰ ਕਿਉਂਕਿ ਇਹ ਥੋੜ੍ਹទੋਤ ਮਿਲਦੇ ਨਹੀਂ ਲੋਕਲ ਮੋਬਾਈਲ ਹੋਵੇ ਤਾਂ ਫਿਰ ਮਿਲ ਜਾਂਦੇ ਨੇ ਲੇਕਿਨ ਇਸ ਦਾ ਸਮਾਨ ਉੱਥੇ ਹੀ ਮਿਲਣਾ ਤੇ ਇਸ ਵਾਸਤੇ ਉਧਰ ਜੁਲਣ ਲੱਗੇ ਆ ਤੇ ਸਾਹਮਣੇ ਮਸਜਿਦ ਜਿਓ ਸ਼ਾਤੋ ਕਰੀਬ ਤੋਂ ਕਰੀਬ ਆ ਰਹੀ ਭਾਈ ਅਲੀ ਡਰਾਈਵ ਕਰਤੇ ਪੈਨ ਤੇ ਮੈਂ ਭਾਈ ਵੀਡੀਓ ਜਿਹੜੀ ਨਾ ਉਹ ਸ਼ੂਟ ਕਰ ਰਹੇ ਆ ਤੇ ਪੁਲ ਚੈੱਕ ਕਰੋ ਮਾਸ਼ਾਅੱਲਾ ਪੁਲ ਦਾ 뷰 ਬਹੁਤ ਹੀ ਖੂਬਸੂਰਤ ਹੈ ਦਰਿਆ ਜਿਹੜਾ ਪਾਣੀ ਹੈ ਨਾ ਉਹ ਬਹੁਤ ਕਮ ਹੈ ਤੇ ਐ ਭਾਈ ਜਨੀਓਟ ਦੀ ਆਨਬਾਨ ਸ਼ਾਨ ਜਿਹੜੀ ਐ ਤੁਹਾਨੂੰ ਨਜ਼ਰ ਆ ਰਹੀ ਏ ਹੈ ਤੇ ਅੱਗੇ ਜੁਲਦੇ ਆ ਮੰਦਰ ਬਾਜ਼ਾਰ ਜਾਣਾ ਭਾਈ ਤੇ ਐ ਪਹੁੰਚ ਗਏ ਆ ਮੰਦਰ ਬਾਜ਼ਾਰ ਇੱਥੇ ਮੰਦਰ ਬਾਜ਼ਾਰ ਕੰਦੇ ਪਿਆ ਫਰਨੀਚਰ ਬਾਜ਼ਾਰ ਮਾਸ਼ਾਅੱਲਾ ਫਰਨੀਚਰ ਵਨ ਵਨ ਦਾ ਫਰਨੀਚਰ ਬਾਈ ਇੱਥੇ ਕਿਉਂਕਿ ਚਨਿਓਰ ਸਿਟੀ ਇਸ ਦੇ ਨਾਂ ਤੋਂ ਹੀ ਮਸ਼ਹੂਰ ਹੈ ਕਿਉਂਕਿ ਇੱਥੇ ਜਿਹੜਾ ਫਰਨੀਚਰ ਹੈ ਨਾ ਬਾਈ ਇੱਕ ਤੋਂ ਇੱਕ ਕਮਾਲ ਦਾ ਪੂਰੀ ਦੁਨੀਆ ਵਿੱਚ ਨਾ ਚਨਿਓਰ ਸਿਟੀ ਇਸ ਵਾਸਤੇ ਮਸ਼ਹੂਰ ਹੈ ਕਿਉਂਕਿ ਇੱਥੋਂ ਦਾ ਜਿਹੜਾ ਫਰਨੀਚਰ ਹੈ ਨਾ ਉਹ ਮਾਸ਼ਾਅੱਲਾ ਕਾਬਲੇ ਤਾਰੀਫ ਹੈ ਪੂਰੀ ਦੁਨੀਆ ਵਿੱਚ ਉਹਦਾ ਨਾ ਨਾਂ ਜਿਹੜਾ ਹੈ ਨਾ ਉਹ ਕਾਇਮ ਹੈ ਜਿੱਥੇ ਫਰਨੀਚਰ ਬਾਜ਼ਾਰ ਦਾ ਐਂਡ ਹੁੰਦਾ ਉਸ ਤੋਂ ਅੱਗੇ ਥੋੜਾ ਜਿਹਾ ਯੂ ਟਰਨ ਲੈ ਕੇ ਗਲੋਬਲ ਮੋਬਾਈਲ ਆਂਦਾ ਤੇ ਉੱਥੇ ਹੁਣ ਬਿਲਕੁਲ ਹੁਣ ਪਹੁੰਚਣ ਵਾਲੇ ਆ ਪਹੁੰਚ ਕੇ ਤੁਹਾਨੂੰ ਵੀਡੀਓ ਵਿਖਾਣੇ ਆ ਪਹੁੰਚ ਗਏ ਆ ਭਾਈ ਇਹ ਮੋਬਾਈਲ ਦੀ ਬੈਟਰੀ ਚੇਂਜ ਕਰਾਈ ਪੈਨਲ ਗਲਾਸ ਹਰ ਸ਼ੀਜ ਚੀਜ਼ ਲੈ ਲਈ ਤੇ ਆ ਸਾਹਮਣੇ ਲੋਗੋ ਇਹਨਾਂ ਲਿਖਿਆ ਗਲੋਬਲ ਮੋਬਾਈਲਸ ਆਟਕੇ ਭਾਈ ਅਲੀ ਰਿਕੇ ਕੁਝ ਖਾ ਲਈ ਤੇ ਬਰੀਆਨੀ ਖਾਣ ਲੱਗੇ ਆ ਤੇ ਭਾਈ ਅਲੀ ਹੋਰੀ ਸ਼ੁਰੂ ਕਰ ਵੀ ਦਿੱਤੀ ਕਿਉਂਕਿ ਉਹਨਾਂ ਨੂੰ ਥੋੜਾ ਜਨਾ ਭੁੱਖ ਉਹ ਜ਼ਿਆਦਾ ਲੱਗਦੀ ਹੋਈ ਤੇ ਮੈਂ ਵੀ ਸਟਾਰਟ ਕਰ ਲਈ ਤੇ ਖਾਣਾ ਫਿਨਿਸ਼ ਕਰਨ ਦੇ ਬਾਅਦ ਵੀਡੀਓ ਬਣਾਈ ਤੇਦਰ ਸਾਲ ਇੱਕ ਵੇਖਣ ਦੀ ਕਮਾਲ ਦੀ ਗੱਲ ਹੈ ਆਈ ਕਿ ਇਹਨਾਂ ਦਾ ਵੀ ਇੱਕ YouTube ਚੈਨਲ ਜਿਸ ਤਕਰੀਬਨ 400 ਪਲੱਸ ਸਬਸਕ੍ਰਾਈਬਰ ਹੈ ਇਨਾਂ ਅਜੇ ਤਰ ਮੋਨਟਾਈਜ਼ ਨਹੀਂ ਹੋਇਆ ਅਲੀ ਮੋਬਾਈਲ ਤੇ ਆ ਗਏ ਆ ਵਾਪਸ ਮੋੜ ਕੇ ਇਸ ਦੁਕਾਨ ਦਾ ਤੋਂ ਅੰਦਰੋਂ ਵੀਊ ਲੈਂਦੇ ਆ ਮਾਸ਼ਾਅੱਲਾ ਬਹੁਤ ਅੱਛੀ ਦੁਕਾਨ ਹੈ ਇਸ ਆਪਣੀ ਸ਼ਾਪ ਜਿਹੜੀ ਇਸ ਉਤੇ ਕਾਫੀ ਜ਼ਿਆਦਾ ਮੋਬਾਈਲ ਜਿਹੜੇ ਨੰਨੇ ਪੁਰਾਣੇ 올ਡ ਫਰੋਖਤ ਵਾਸਤੇ ਵੀ ਖਾ ਮੰਦੇ ਤੇ ਇਹਨਾਂ ਕੋਲ ਅਕਸਰ ਮੋਬਾਈਲ ਮੈਸੂਰ ਸਹੀ ਕਰਨਾ ਤੇ ਆ ਬਾਈ ਸਾਡੇ ਆਈਫੋਨ ਦੀ ਬੈਟਰੀ ਬਾਈ ਬਹੁਤ ਹੀ ਕੀਮਤੀ तकरीबन 8000 ਰੁਪਏ ਖਰਚ ਕਰਕੇ ਆਇਆ ਪੂਰਾ ਡੱਬਾ ਤੇ ਇਹ ਪੁਰਾਣਾ ਪੈਨਲ ਹੈ ਇਹਨੂੰ ਤੋਂ ਚੇਂਜ ਕਰਨ ਲੱਗੇ ਆ ਕਿਉਂਕਿ ਇਹ ਨਵਾਂ ਪੈਨਲ ਦੇ ਉੱਤੇ ਨਾ ਟੱਚ ਵੀ ਲਾਣਾ ਤੇ ਔਰ ਉੱਤੋਂ ਕੈਮਰਾ ਵੀ ਜਿਹੜਾ ਹੈ ਨਾ ਉਹ ਲਾਣਾ ਪਊਣਾ ਤੇ ਬਾਈ ਹੋਰੀ ਥੋੜੀ ਵੀਡੀਓ ਮੂਵ ਕੀਤੀ ਤਾਂ ਕਿ ਜਲਦੀ ਜਲਦੀ ਮੁਕਾਈਏ ਤੇ ਇਹ ਬੈਟਰੀ ਦਾ ਸੱਚਾ ਨਵੀਂ ਬੈਟਰੀ ਫਿਟ ਕਰ ਰਹੇ ਆ ਤੇ ਇਹ ਫਿੱਟ ਹੋ ਵੀ ਸੀਗੀ ਤੇ ਫਿਰ ਉੱਤੇ ਸਕਰੀਨ ਲਾ ਕੇ ਫਿਰ ਮੋਬਾਈਲ ਨੂੰ ਆਨ ਕਰਸਾਂ ਦੁਆਈ ਹੈ ਕਿ ਆਨ ਹੋ ਜਾਵੇ ਕਿਉਂ ਕਾਫੀ ਜ਼ਿਆਦਾ ਖਰਚਾ ਕਰਕੇ ਆਇਆ ਅਗਰ ਆਨ ਨਾ ਹੋਵੇ ਤਾਂ ਫੇਰ ਕੀ ਬੰਸੀ ਯਾ ਅੱਲਾਹ ਖੈਰ ਕਰੇ ਆਈਫੋਨ ਨੂੰ ਓਪਨ ਕਰਾ ਛੱਡਿਆ ਨੇ ਇੱਕ ਵਾਰੀ ਆਈਫੋਨ ਤੇਰਾ ਚਾਹੀਦਾ ਆਈਫੋਨ ਚੱਲਗੇ ਤਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਮੋਬਾਈਲ ਆ ਗਿਆ ਤਾਂ ਹੁਣ ਤੇ ਗਲਾਸ ਲਾ ਦੇਣੇ ਆ ਤੇ ਗਲਾਸ 2250 ਦਾ ਮਿਲਿਆ ਤੇ ਘਰ ਵਾਪਸ ਜਾਣ ਵਾਸਤੇ ਥੋਣ ਮੋਟ ਕਿ ਰਸਤੇ ਦੇ ਉੱਤੇ ਯਾਸ ਰੋਡ ਤੇ ਤੇ ਰਖਸ਼ਾ ਮਿਲਿਆ ਤੇ ਰਖਸ਼ਤ ਜਾ ਕੇ ਹੁਣ ਸਿੱਧਾ ਘਰ ਨੂੰ ਜੁਲਣਾ तो अनकरीब पहुंच आया अपने पेंडो ते भाई तो भाई थो मोबाइल भी खेलना अलहमदुल्ला अलहमदुल्ला मोबाइल है ना जो बिल्कुल ठीक ठाक है इनशाला नैक्सट वीडियो तो जल्दी बना के दिसागा